मैं सुनिया सी लोकां तों कि वक्त बदल जांदा है, पर मैनू वक्त तो पता लग्या कि लोग भी बदलते ने। जिहड़े लोग बदलते ने उन्हां दे विचों साडा एक आ वीरा वीरो ये भी बदलिया, बहुत बदल गया है। ये किदां बदल गया? ऐ नहीं है कि भी जिदा दुनिया रंग बदलती है कहिंदे जी ये मिलणों हट गया जां किदां, वो नहीं बदलिया, ये होर तरीके नाल बदलिया। तो आ जाओ फिर अज आपां इहदे नाल गलबात करदे आं कि बदलिया किदां। ਕਿੱਦਾਂ ਵੀਰੂ ਭਾਅ ਜੀ? ਵਧੀਆ ਜੀ। ਕੈਮ ਹੋ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਚੜ੍ਹਦੀ ਕਲਾ? ਚੜ੍ਹਦੀ ਕਲਾ। ਕਸ਼ਮੀਰ ਸਿੰਘ ਜੀ ਨੂੰ ਮਿਲੋ। ਤੁਸੀਂ ਉਹਨੇ ਦੇ ਉਮੀਦ ਰਹਿ ਗਏ, ਇਹ ਘਟ ਗਿਆ ਹੁਣ। ਦੇਖੋ ਜੀ ਅਸੀਂ ਵੀ ਬਦਲੇ ਹੋਏ ਹਾਂ ਬਹੁਤ ਜ਼ਿਆਦਾ। ਅਸੀਂ ਜਾਣੀ ਦੀ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਹੁੰਦੇ ਸੀ ਉਹਦੇ ਨਾਲ ਬਹੁਤ ਬਦਲੇ ਹੋਏ ਹਾਂ, ਅਤੇ ਤੁਸੀਂ ਜਾਣੀ ਦੀ ਜਿਹੜੇ 2 ਸਾਲਾਂ 'ਚ ਬਦਲੇ ਹੋ ਉਹ ਬਦਲੇ ਹੋ। ਹੁਣ ਆ ਜਾਓ, ਤੁਹਾਡੇ ਬਦਲਣ ਦੇ ਰਾਜ ਪੁੱਛਦੇ ਹਾਂ ਤੁਹਾਨੂੰ। सब तो पहला तो जी देसी वॉकर देख रहे सारे स्रोतियां नूं प्यार भरी सत श्री अकाल जी। जिदा आपां हुणे गल कीती सी कि लोकी बदल जांदे ने, बदले हुए लोकां दे विचों आपां तुहानूं दस्सिया वी साडे वीरू भाजी ने ये भी बहुत बदले हुए ने। बदले बदले लगदे वी ने, दिखदे वी ने, सब पासिओं बदले हुए ने। आपां ज़्यादा गल्लां 'च नहीं पैंदे, ਇਹਨਾਂ ਦੇ ਬਦਲਣ ਦਾ ਰਾਜ ਪੁੱਛਦੇ ਹਾਂ, ਇਹਨਾਂ ਤੋਂ ਦੋ ਚਾਰ ਆਪਾਂ ਗੱਲਾਂ ਪੁੱਛਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਜੀ ਆਇਆਂ ਨੂੰ, ਕੌਣ ਵੀਰ ਜੀ ਦੱਸੋ, ਤੁਸੀਂ ਅੱਜ ਤੋਂ 2 ਸਾਲ ਪਹਿਲਾਂ ਤੁਹਾਡਾ ਵੇਟ ਕਿੰਨਾ ਸੀ? ਮੈਕਸੀਮਮ ਸੀਗਾ 153 ਕਿਲੋ। 153 ਕਿਲੋ, ਮਤਲਬ 1 ਕੁਇੰਟਲ 53 ਕਿਲੋ ਵਜ਼ਨ। ਵਾਓ। ਅਤੇ ਪਰ ਤੁਸੀਂ ਜਿਹੜਾ ਤੁਹਾਡਾ ਜਿਹੜਾ ਸਾਈਜ਼ ਸੀਗਾ, ਜਿਹੜਾ ਮੈਂ ਦੇਖਿਆ ਹੋਇਆ ਸਾਈਜ਼, ਹਾਂਜੀ, ਉਹ ਸਾਈਜ਼ ਸ਼ੁਰੂ ਤੋਂ ਹੀ ਰੱਖਿਆ ਹੋਇਆ ਸੀਗਾ, ਮਤਲਬ ਬਚਪਨ ਤੋਂ ਹੀ ਸੀ ਜਾਂ ਕਿੱਦਾਂ? ਨਹੀਂ, ਵਧੀਆ ਕਿੱਦਾਂ ਸੀ ਇਤਨਾ ਵੇਟ? ਮੈਂ ਜਦੋਂ 8 ਜਾਂ 9 ਸਾਲ ਦਾ ਸੀਗਾ ਤਾਂ ਤੱਕ ਮੈਂ ਬਹੁਤ ਪਤਲਾ ਜਿਹਾ ਸੀਗਾ, ਔਰ ਮੇਰੇ ਟੌਨਸਿਲਾਈਟਿਸ ਵੱਧ ਗਏ ਸਨ ਕਾਫੀ। ਅੱਛਾ ਜੀ। ਤੇ ਆਈ ਹੈਡ ਟੂ ਬੀ ਆਪਰੇਟਡ ਟੌਨਸਿਲਸ ਐਡੀਨੋਇਡਸ ਦੇ ਨਕ ਨਾਲ, ਇਧਰੋਂ ਮੈਂ ਸਾਹ ਨਹੀਂ ਲੈ ਸਕਦਾ ਸੀ ਪਹਿਲਾਂ ਕਦੋਂ ਵੀ। ਓਕੇ। ਟਿਲ ਦੀ ਏਜ ਆਫ 9। ਹਾਂਜੀ ਹਾਂਜੀ। ਸੋ ਵੈਨ ਦੇ ਰਿਮੂਵਡ ਮਾਈ ਐਡੀਨੋਇਡਸ, ਉਸ ਤੋਂ ਬਾਅਦ ਮੈਂ ਸਾਹ ਲੈ ਪਾਇਆ ਲਾਈਕ ਨੱਕ ਤੋਂ। ਬਟ ਉਸ ਤੋਂ ਬਾਅਦ ਜੋ ਮੈਂ ਖਾਣਾ ਸ਼ੁਰੂ ਕੀਤਾ ਉਹ ਨੋਨ ਸਟੋਪ ਸੀਗਾ, ਪਿੱਛੇ ਮੁੜ ਕੇ ਨਹੀਂ ਦੇਖਿਆ। ਪਿੱਛੇ ਮੁੜ ਕੇ ਨਹੀਂ ਦੇਖਿਆ, ਕਿਉਂਕਿ 9 ਸਾਲ ਬੰਦੇ ਜਿਹਨੇ ਨਹੀਂ ਖਾਧਾ ਕੁਛ ਵੀ, ਕਿ ਮੈਨੂੰ ਦਾਲ ਦੇ ਅੰਦਰ ਰੋਟੀ ਮਿਕਸ ਕਰਕੇ ਪਾਣੀ ਪੈਂਦੀ ਤਾਂ ਜਾਂਦੀ ਸੀ ਅੰਦਰ। ਓਕੇ, ਪਹਿਲੇ ਲਿਕੁਇਡ ਮੋਰ, ਹਾਂ ਮੋਰ ਲਿਕੁਇਡ, ਮੋਰ ਸੋਰਟ ਆਫ ਲਿਕੁਇਡ ਡਾਇਟ, ਅਦਰਵਾਈਜ਼ ਸਟਕ ਹੋ ਜਾਂਦਾ ਸੀ। ਜਦੋਂ ਸ਼ੁਰੂ ਕੀਤਾ ਤਾਂ ਫਿਰ ਚੱਕਦੇ ਫੱਟੇ ਚੱਕਦੇ ਫੱਟੇ। ਅਤੇ ਫਿਰ ਤੁਹਾਡਾ ਵਾਪਸ ਮੁੜਨ ਦਾ ਇਰਾਦਾ ਕਿਵੇਂ ਹੋਇਆ? ਬਸ ਬਾਈ, ਕਦੋਂ ਤੁਸੀਂ ਕਿਵੇਂ ਸੋਚਿਆ ਤੁਹਾਨੂੰ, ਮਤਲਬ ਇੱਕ ਆਪਣੇ ਹੁੰਦਾ ਨਾ ਵੀ ਜਾਂ ਕੋਈ ਤੁਹਾਨੂੰ ਟੀਜ਼ ਕਰਦਾ ਸੀ ਜਾਂ ਜਿਵੇਂ ਨਾ ਸਾਲੀਆਂ ਟੌਂਚ ਕਰਨ ਲੱਗ ਜਾਂਦੀਆਂ ਨੇ ਵੀ ਭਾਈ ਉਹ ਮੋਟੂ ਆ ਤੂੰ ਤਾਂ ਆਇਆ ਕਰ, ਮਤਲਬ ਕੋਈ ਇਦਾਂ ਦਾ ਕਿਸੇ ਨੇ ਕੁਝ ਕਿਹਾ ਤੇ ਵਾਪਸ ਕਿੱਦਾਂ? ਸਾਲੀਆਂ ਤੇ ਕੋਈ ਸੀਗੀਆਂ ਨਹੀਂ ਆ, ਉਹ ਤਾਂ ਮੈਨੂੰ ਪਤਾ, ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਬੰਦਾ ਹੈਗਾ ਤੂੰ ਤਾਂ ਯੰਗ ਹੋ ਲੈ ਤੇ ਕਿਸੇ ਦਾ ਟੀਜ਼ ਦਾ ਕੁਝ ਨਹੀਂ ਸੀਗਾ। ਬਟ ਹੁਣ ਜਦੋਂ ਮੈਂ ਮੇਰੀ ਜਰਨੀ ਹੋ ਗਈ 15 ਸਾਲ ਦੀ ਇੱਧਰ, ਹਾਂਗਕਾਂਗ ਆਇਆ ਸੀ ਮੈਂ ਪਹਿਲੀ ਵਾਰੀ 2007 ਬਸ ਵਿਜ਼ਿਟ ਕਰਨ ਆਇਆ ਸੀ ਮੈਂ। ਸ਼ੈਂਜਨ ਚਲਾ ਗਿਆ ਕਿਸੇ ਗਲਤੀ ਨਾਲ, ਹਾਂਜੀ, ਅਤੇ ਉੱਧਰ ਬਸ ਬਸ ਹੀ ਗਿਆ ਸ਼ੈਂਜਨ, ਅਤੇ ਉੱਧਰ ਦਾ ਖਾਣਾ ਰਹਿਣਾ ਹਰ ਇੱਕ ਚੀਜ਼ ਮੈਟਰ ਕਰਦਾ ਸੀ, ਕਿਉਂਕਿ ਨਵਾਂ ਨਵਾਂ ਆਇਆ ਸੀ ਮੈਂ, 18-19 ਸਾਲ ਵੀ ਨਹੀਂ ਕੰਪਲੀਟ ਕੀਤੇ ਤਾਂ ਦਾ ਆਇਆ ਮੈਂ। ਓਕੇ। ਅਤੇ ਮੈਂ ਰੋਜ਼ ਕੀ ਖਾਣਾ, ਬਜਟ 'ਚ ਖਾਣਾ ਹੁੰਦਾ ਸੀ, ਇੱਕ ਫਰਾਈਡ ਰਾਈਸ ਖਾ ਲਿਆ, ਸ਼ਾਮੀ ਫਰਾਈਡ ਨੂਡਲ ਖਾ ਲਏ, ਅਤੇ ਉਹ ਵੀ ਸਮਝਾਉਣਾ ਵੀ ਔਖਾ ਹੁੰਦਾ ਸੀ, ਅਤੇ ਫਿਰ ਮੈਂ ਚੀਨੀ ਸਿੱਖ ਲਈ। ਓਕੇ। ਫਿਰ ਉਹ ਚੀਨੀ ਸਿੱਖ ਕੇ ਉਹਨਾਂ ਨੂੰ ਪ੍ਰੋਪਰ ਸਮਝਾਉਂਦਾ ਸੀ ਕੀ ਖਾਣਾ ਮੈਂ ਕੀ ਨਹੀਂ ਖਾਣਾ, ਕਿਉਂਕਿ ਇੰਡੀਆ ਮੈਂ ਕਦੀ ਇੰਨਾ ਮੀਟ ਨਹੀਂ ਖਾਧਾ, ਇੱਧਰ ਜਿੰਨਾ ਆ ਕੇ ਖਾਧਾ। ਫਿਰ ਇੱਕ ਆਦਤ ਖਰਾਬ ਜੀ ਬਣ ਗਈ, ਮਤਲਬ ਲੇਟ ਲੇਟ ਤੱਕ ਕੰਮ ਕਰਨਾ, ਕੰਮ ਵੀ ਅੱਛਾ ਚੱਲ ਰਿਹਾ ਸੀ, ਫਿਰ ਕੋਕੋ ਕੋਲਾ ਜ਼ਿਆਦਾ ਪੀਣਾ, ਕੌਫੀਆਂ ਪੀਣੀਆਂ, ਇਹ ਪੀਣਾ ਉਹ ਪੀਣਾ, ਅਤੇ ਉਸ ਨਾਲ ਵਜ਼ਨ ਬਸ ਸਾਰਾ ਕੁਝ ਜੰਕ ਜਣ ਦੀ ਫੁੱਲ ਉਹਦੇ 'ਤੇ ਸੀ, ਕੰਪਲੀਟ ਜੰਕ। ਆਪਣੇ ਆਪ ਬਣਾਉਣ ਦਾ ਕੋਈ ਸਿੱਖਿਆ ਵੀ ਨਹੀਂ ਸੀ, ਕੁਛ ਨਹੀਂ ਸੀਗਾ, ਮੈਗੀ ਲੈ ਕੇ ਆਉਂਦੇ ਸੀ, ਮੈਗੀ ਬਣਾਉਂਦੇ ਸੀ ਬਸ। ਬਟ ਉਹੀ ਫਿਰ ਜਰਨੀ ਮੈਂ ਦੇਖੀ ਕਿ ਮੋਟਾਪਾ ਵੱਧਦਾ ਗਿਆ ਵੱਧਦਾ ਗਿਆ। ਐਕਟਿਵ ਤਾਂ ਮੈਂ ਸੀਗਾ ਪਹਿਲਾਂ ਤੋਂ ਹੀ, ਆਲਸੀ ਕਦੇ ਨਹੀਂ ਸੀਗਾ। ਓਕੇ। ਬਟ ਇੱਕ ਸੀਗਾ ਕਿ ਬਸ ਸੋਣਾ ਟਾਈਮ 'ਤੇ ਨਹੀਂ, ਮੈਟਾਬੋਲਿਜ਼ਮ ਖਰਾਬ ਸੀਗਾ ਸਾਰਾ ਕੁਛ, ਉਸ ਕਰਕੇ ਵਜ਼ਨ ਵੱਧਦਾ ਗਿਆ। ਬਟ ਇਹ ਕੋਵਿਡ ਦੇ ਅੰਦਰ ਬਸ ਮੈਂ ਹਾਂਗਕਾਂਗ ਜਿਵੇਂ ਆ ਕੇ ਰਹਿ ਗਿਆ, ਸ਼ੈਂਜਨ ਜਾ ਨਹੀਂ ਪਾਇਆ,
ਤੇ ਮੈਂ ਕਿਹਾ ਕਰੀਏ ਕੀ ਇੱਧਰ ਤੇ ਬੋਰ ਹੋ ਜਾਣਾ ਤੁਹਾਡੇ ਨਾਲ ਫਿਰ ਹਾਈਕਿੰਗ ਵੀ ਸਟਾਰਟ ਕੀਤੀ ਉਸ ਟਾਈਮ ਦੇਖ ਲਓ ਉਦੋਂ ਤਾਂ ਤੁਸੀਂ ਸ਼ੁਰੂ ਕੀਤਾ ਨਾ ਜਦੋਂ ਇੱਧਰ ਨੂੰ ਆਏ ਦੇਖ ਲਓ ਉਸ ਟਾਈਮ ਮਤਲਬ ਸੀਰੀਅਸਲੀ ਲਿਆ ਤੁਸੀਂ ਵੀ ਦੇਖਿਆ ਮੈਂ ਕਿੰਨਾ ਮੋਟਾ ਸੀ ਬਟ ਚੜ ਜਾਂਦਾ ਸੀ ਉਦੋਂ ਯੈਸ ਤੁਸੀਂ ਜਿਵੇਂ ਕਹਿੰਦਾ ਕੋਈ ਇਹੋ ਨਹੀਂ ਸੀ ਕਦੀ ਕਿਹਾ ਕਿ ਵੀ ਆਹ ਹਾਈਕ ਤੇ ਅੱਜ ਆਪਾਂ ਨਹੀਂ ਜਾਣਾ ਨਹੀਂ ਜਾਣਾ ਜਾਂ ਇਹ ਟਫ ਆ ਕਿੱਧਰ ਵੀ ਹੋਵੇ ਪਨਲਿੰਗ ਤੋਂ ਤੁੰਗ ਚੋਂ ਆਉਣਾ ਕਿੱਥੇ ਆਉਣਾ ਮੈਂ ਪਹਿਲਾਂ ਆ ਜਾਂਦਾ ਗੱਡੀ ਲੋਕ ਏਅਰ 'ਚ ਪਾ ਕੇ ਦੱਬੀ ਆਉਣਾ ਸਿੱਧਾ ਆ ਜਾਣਾ ਬਸ ਨਹੀਂ ਨਹੀਂ ਇਹ ਤਾਂ ਅਤੇ ਉਹ ਇੱਕ ਸ਼ੁਰੂਆਤ ਸੀਗੀ 2020 ਦੀ ਕਿ ਬਸ ਰੀਅਲਾਈਜ਼ ਹੋਇਆ ਕਿ ਨਹੀਂ ਦਿਸ ਇਜ਼ ਸਮਥਿੰਗ ਟੂ ਹੈਵੀ ਮੈਂ ਕਦੀ ਇਹੋ ਜਿਹੀ ਸਟਰੈਂਥ ਕਦੀ ਮੈਂ 20 ਸਾਲਾਂ 'ਚ ਵੀ ਨਹੀਂ ਦੇਖੀ ਆਪਣੀ ਵੀ ਜਿਹੋ ਜਿਹੀ ਹੋਣਾ ਕੋਈ ਐਕਸਰਸਾਈਜ਼ ਨਹੀਂ ਕਰਦਾ ਸੀ ਮੈਂ ਬਿਲਕੁਲ ਵੀ ਨਹੀਂ ਬਟ ਇੱਕ ਟ੍ਰਾਂਜੀਸ਼ਨ ਇਸ ਤਰ੍ਹਾਂ ਦਾ ਹੋਇਆ ਕਿ ਬਸ ਆਦਤ ਪੈ ਗਈ ਪੈਦਲ ਤੁਰਨ ਦੀ 20 ਕਿਲੋਮੀਟਰ ਪਰ ਡੇ 25 ਕਿਲੋਮੀਟਰ ਪਰ ਡੇ ਤੁਹਾਡੇ ਨਾਲ ਹਾਈਕ ਕਰਕੇ ਮੈਂ ਫਿਰ ਜਾਂਦਾ ਸੀ ਵਾਕ ਮੈਨੂੰ ਪਤਾ ਤੁਸੀਂ ਦੱਸ ਦਿਓ ਦਿਨ ਦੇ 50-50 ਕਿਲੋਮੀਟਰ ਵੀ ਮੈਂ ਵਾਕ ਕਰਦਾ ਸੀ ਮਤਲਬ ਥੱਕਦਾ ਨਹੀਂ ਸੀ ਸਰੀਰ ਆਦਤ ਪੈ ਗਈ ਬਸ ਚੱਲਣਾ 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 ਕਿੰਨੇ ਜੁੱਤੇ ਘੱਸ ਗਏ ਸਾਰਾ ਕੁਛ ਹੋ ਗਿਆ ਬਟ ਇੱਕ ਆਦਤ ਪੈ ਗਈ ਫਿਟਨੈਸ ਦੀ ਪਰ ਓਕੇ ਇਹ ਤਾਂ ਤੁਸੀਂ ਚਲੋ ਵੀ ਉੱਥੋਂ ਮੁੜੇ ਆਏ ਫਿਟਨੈਸ ਦੀ ਆਦਤ ਪੈ ਗਈ ਪਰ ਫਿਰ ਵੀ ਓਕੇ ਤੁਹਾਡਾ ਲੋਐਸਟ ਵੇਟ ਮੈਂ ਜਦੋਂ ਆਪਾਂ ਲਾਸਟ ਟਾਈਮ ਮਿਲੇ ਸੀਗੇ ਤੁਹਾਡਾ ਵੇਟ ਜਿਹੜਾ ਉਹ ਕਾਫੀ ਘੱਟ ਸੀਗਾ 79 ਕਿਲੋਜ਼ 79 ਕੇਜੀ ਤੇ ਆ ਗਿਆ ਸੀ ਮੈਂ ਹਾਂ ਬਟ ਹੁਣ ਕਿੰਨਾ ਹੁਣ ਮੈਂ ਆ ਗਿਆ ਵਾਪਸ 87 ਤੇ ਮੈਂ 94 ਤੱਕਣ ਗਿਆ ਵਾਪਸ ਬਲਕ ਕਰਦੇ ਕਰਦੇ ਕਿਉਂਕਿ ਮੈਨੂੰ ਕਿਹਾ ਸਾਰਿਆਂ ਨੇ ਮੇਰੇ ਫਰੈਂਡ ਨੇ ਵੀ ਕਿ ਇੱਕਦਮ ਪਤਲਾ ਨਹੀਂ ਮਸਲ ਗੇਨ ਕਰੋ ਤੇ ਉਸ ਵਿ
ओके फिर लास्ट मंथ मैं शुरुआत की थी वापस मैं क्या नहीं वापस जाना है सच ओके मैं क्या वॉक नाल शुरुआत करने है ओके तो मैं डिसाइड कीता मैं 8 नु मैं डिसाइड कीता बल्जेस दिखन लग पे साइड दे ओके सारे हुन जो कट हो गए ऑलमोस्ट तो मैं डिसाइड कीता 11 तारीख तो मैं स्टार्ट करूंगा वॉक इन वन गो 11 किलोमीटर 12 नु 12 15 नु 15 इन वन गो ओ ऐ चलिया सिलसिला 31 तारीक तक तो 31 नु 31 कीता यस ए पिछले महीने दी गल है यस मैं 523 किलोमीटर पिछले महीने रन वॉक जॉग प्लस कंपाउंड मूवमेंट्स तीन हफ्ते सॉरी हां जी आपां ये गलबात जारी रखांगे ते हुण आपां तुहानू थोड़ा जिहा फ्लैशबैक च लै चलीए भी जदों वीरू भाजी ने अपना रियल फैट तो रियल फिट वाला ट्रांसफॉर्मेशन वाला यह सफ़र शुरू किया उस टाइम 2020 साढ़े नाल हाइक ते जांदे हुंदे सी उदों दीआं इह तस्वीरां देखो तुसीं उहनां दी सेहत उदों किहो जी सी ते उहनां दे बाद विच इहदे अपने शरीर नूं फिट करन लई की कीता उहदे क्लिप्स ते तुसीं करो इह वीडियो क्लिप्स ते तस्वीरां इंजॉय ते आपां बाद विच फिर गल्लबात दा सिलसिला जारी रखांगे पहले दिन ते चलो 2 किलोमीटर भजो जो 21 दिन हुए तो मैं 21 किलोमीटर भजया मतलब पर डे दा अंदर ही बस अंदर ही 21 किलोमीटर ਤੁਸੀਂ ਅੰਦਰ ਹੀ ਭੱਜ ਰਹੇ ਸੀ ਯੈਸ ਜਿਹੜਾ ਕਿ ਤੁਹਾਡਾ ਜਿੰਨਾ ਕਹਿੰਦਾ 100-150 ਸਕੁਅਰ ਫੀਟ ਮੈਕਸਿਮਮ ਸੀ ਬੈਕ ਐਂਡ ਫੋਰਥ ਉਹ ਸਾਰੇ ਵੀਡੀਓਸ ਤੁਹਾਡੇ ਕੋਲ ਵੀ ਹੈਗੇ ਨੇ ਤੁਸੀਂ ਸ਼ੇਅਰ ਜਰੂਰ ਕਰਿਓ ਨਹੀਂ ਆਪਾਂ ਵੀਡੀਓ ਵੀ ਜਿਵੇਂ ਕਹਿੰਦਾ ਵੀ ਆਪਾਂ
ਦਿਖਾਈ ਰਹੇ ਨਾਲ ਮੈਂ ਆਪਣੀ ਸਾਈਕਲ ਲੈ ਕੇ ਗਿਆ ਸੀ ਯੂਰੋਪ ਤੇ ਮੈਂ ਯੂਰੋਪ ਚਲਾਈ ਸਾਈਕਲ ਆਪਣੀ ਜਰਮਨੀ ਨੈਦਰਲੈਂਡਸ ਫਿਰ ਇੰਡੀਆ ਗਿਆ ਇੰਡੀਆ ਮੈਂ ਚਲਾਈ ਟੋਟਲ ਮੇਰੇ ਖਿਆਲ ਡੇਢ ਮਹੀਨੇ 'ਚ ਮੈਂ 4,700 ਜਾਂ 5,000 ਕਿਲੋਮੀਟਰ ਸਾਈਕਲ ਚਲਾ ਕੇ ਆਇਆ ਸਿਰਫ ਫਿਰ ਉਹ ਸਾਈਕਲ ਮੈਂ ਰੂਮ 'ਚ ਲੈ ਆਇਆ ਅਤੇ ਮੈਂ ਸਟੈਂਡ ਖਰੀਦ ਲਿਆ ਇੱਧਰ ਕਿ ਮੈਂ ਸਾਈਕਲਿੰਗ ਚਲੋ ਰੂਮ 'ਚ ਵੀ ਕਰੀ ਅਤੇ ਉਹ ਸਾਈਕਲਿੰਗ ਫਿਰ ਉਹ ਵੀ ਕਰਦਾ ਰਿਹਾ ਨਾਲੇ ਐਕਸਰਸਾਈਜ਼ ਕਰਦਾ ਰਿਹਾ ਨਾਲੇ ਮੈਂ ਆਪਣੇ ਡੰਬਲ ਮੇਰੇ ਬਾਰਬੈਲ ਸਾਰੇ ਘਰੋਂ ਮੰਗਾ ਲਏ ਇੱਕ ਛੋਟਾ ਜਿਹਾ ਰਾਈਸ ਕੁੱਕਰ ਮੈਂ ਮੰਗਾ ਲਿਆ ਹੋਟਲ ਦਾ ਖਾਣਾ ਮੈਂ ਪਹਿਲੇ ਦਿਨ ਦੇਖਿਆ ਕੁਆਰੰਟੀਨ ਹੋਟਲ ਦਾ ਮੈਂ ਕਿਹਾ ਮੈਨੂੰ ਅੱਬੋ ਤੋਂ ਨਾ ਭੇਜਣਾ ਮੈਂ ਰਾਈਸ ਕੁੱਕਰ 'ਚ ਬਸ ਆਪਣੇ ਅੰਡੇ ਤਿਆਰ ਕਰਦਾ ਰਿਹਾ ਅੰਡੇ ਹੋ ਗਏ ਥੋੜ੍ਹਾ ਖਾਣਾ ਹੋ ਗਿਆ ਗਰੋਸਰੀ ਮੰਗਾ ਲੈਂਦਾ ਸੀ ਉਹਨੂੰ ਹੀਟ ਅਪ ਕਰਕੇ ਕੈਟਲ ਯੂਜ਼ ਕੀਤਾ ਸਾਰੇ ਹੈਕਸ ਯੂਜ਼ ਕੀਤੇ ਜੰਕ ਫੂਡ ਨਹੀਂ ਖਾਧਾ ਬਿਲਕੁਲ ਨਹੀਂ ਪੈਕਟ ਫੂਡ ਬਿਲਕੁਲ ਨਹੀਂ ਬਿਲਕੁਲ ਮੈਂ ਡੇਢ ਸਾਲ ਦੇ ਉੱਤੇ ਹੋ ਗਿਆ ਮੈਂ ਪੈਕਟ ਫੂਡ ਛੱਡ ਦਿੱਤਾ ਸਾਰਾ ਪਰ ਹੁਣ ਦੇਖੋ ਇੱਥੇ ਤੱਕ ਤਾਂ ਤੁਸੀਂ ਪਹੁੰਚ ਗਏ ਹੁਣ ਜਿਹੜੇ ਕੋਈ ਵੀ ਚੀਜ਼ ਆ ਕਹਿੰਦੇ ਵੀ ਕੋਈ ਬਿਲਡਿੰਗ ਬਣਾ ਲਓ ਕੋਈ ਬਣਾ ਲਓ ਉਹਦੀ ਮੇਨਟੇਨੈਂਸ ਬਹੁਤ ਜ਼ਰੂਰੀ ਆ ਅਦਰਵਾਈਜ਼ ਤਾਂ ਤੁਸੀਂ ਜੇ ਹੁਣ ਜਿਵੇਂ ਕਹਿ ਲਓ ਵੀ ਲਗਾਮ ਢਿੱਲੀ ਛੱਡ ਦਿੱਤੀ ਤੁਸੀਂ ਫਿਰ ਉੱਥੇ ਹੀ ਆ ਜਾਣਾ ਅੱਗੇ ਤੁਹਾਨੂੰ ਕਿੱਦਾਂ ਮੇਨਟੇਨ ਰੱਖੋਗੇ ਇਹਨੂੰ ਹੁਣ ਤੁਹਾਡਾ ਕੀ ਮੇਨਟੇਨ ਰੱਖਣ ਦਾ ਨਹੀਂ ਹੈ ਆਦਤ ਪੈ ਜਾਂਦੀ ਹੁਣ ਮੈਂ ਫਾਊਂਡੇਸ਼ਨ ਬਣਾ ਲਈ ਆਪਣੀ ਓਕੇ ਫਾਊਂਡੇਸ਼ਨ ਇਜ਼ ਬੇਸਿਕ ਯੈਪ ਮੇਨਟੇਨੈਂਸ ਤਾਂ ਚੱਲਦੀ ਰਹਿਣੀ ਹੈ ਨਾਲ ਨਾਲ ਹੁਣ ਇੱਕ ਜੋ ਆਦਤ ਜੀ ਹੋ ਗਈ ਹੈ ਘੁੰਮਣ ਦੀ ਬਾਹਰ ਜਾਣ ਦੀ ਮੇਰਾ ਸੋਸ਼ਲ ਸਰਕਲ ਪੂਰਾ ਚੇਂਜ ਹੋ ਗਿਆ ਨਾ ਮੈਂ ਨਾ ਮੈਂ ਕੈਫੀਨ ਇਨਟੇਕ ਕਰਨਾ ਨਾ ਕੌਫੀ ਨਾ ਚਾਹ ਨਾ ਮੈਂ ਬਾਹਰ ਖਾਣਾ ਬਿਲਕੁਲ ਵੀ ਨਾ ਮੈਂ ਕਿਸੇ ਦੇ ਘਰ ਖਾਣਾ ਜਾ ਕੇ ਮੈਂ ਬਸ ਆਪਣਾ ਡਿਸਿਪਲਿਨ ਹੋਮ ਮੇਡ ਆਪਣਾ ਖਾਣਾ ਆਪਣੇ ਆਪ ਬਣਾਉਣਾ ਇੰਨਾ ਕੁ ਟਾਈਮ ਜੇ ਬੰਦਾ ਆਪਣੇ ਆਪ ਨੂੰ ਨਹੀਂ ਦੇ ਸਕਦਾ ਦੈਨ ਆਈ ਐਮ ਸੌਰੀ ਅਬਾਊਟ ਦੈਟ ਨਹੀਂ 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 ਤੁਹਾਡਾ ਤਾਂ ਪਾਣੀ ਪੀਵਾਂਗੇ ਅਤੇ ਸੈਟਰਡੇ ਚੱਲੀਏ ਫਿਰ ਹਾਈਕ ਤੇ ਫਿਰ ਇਸ ਸੈਟਰਡੇ ਤੇ ਹੈਗਾ ਕੁਝ ਪਲਾਨ ਬਟ ਅਗਲੇ ਵਾਲੇ ਪੱਕਾ ਓਕੇ ਜੀ ਅਤੇ ਹੁਣ ਇੱਕ ਜਾਂਦੇ ਜਾਂਦੇ ਆਪਾਂ ਕਿਉਂਕਿ ਟਾਈਮ ਵੀ ਆਪਾਂ ਜ਼ਿਆਦਾ ਨਹੀਂ ਲੈਣਾ ਤੁਸੀਂ ਆਲਰੇਡੀ ਸਾਰੀ ਗੱਲਾਂ ਦੱਸਦੀਆਂ ਕਿੱਦਾਂ ਕਿੱਦਾਂ ਕੀਤਾ ਠੀਕ ਹੈ ਆਪਣਾ ਇਹ ਕੋਈ ਜਿਵੇਂ ਕਹਿ ਲਓ ਕੋਈ ਆਪਾਂ ਪ੍ਰੋਡਕਟ ਤਾਂ ਵੇਚ ਨਹੀਂ ਰਹੇ ਇੱਥੇ ਹਾਂਜੀ ਆਪਾਂ ਸਿਰਫ ਇਹੀ ਆ ਕਿ ਵੀ ਮੈਸੇਜ ਪਾਸ ਨਹੀਂ ਆਪਣੇ ਜਿਹੜੇ ਕਸ਼ਮੀਰ ਭਾਅ ਜੀ ਵਰਗੇ ਫਰੈਂਡ ਨੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਆ ਇਹ ਕੁਛ ਕਰਨ ਦੀ ਅਤੇ ਆਪਣਾ ਵੇਟ ਜਿਹੜਾ ਉਹਨੂੰ ਕੰਟਰੋਲ ਕਰਨ ਦੀ ਉਹਨਾਂ ਵਾਸਤੇ ਸਾਰੇ ਦੋਸਤਾਂ ਮਿੱਤਰਾਂ ਵਾਸਤੇ ਛੋਟਾ ਜਿਹਾ ਸੁਨੇਹਾ ਕੀ ਦਊਂਗੇ ਜਿਹਦੇ ਨਾਲ ਕਿ ਉਹ ਆਪਣੀ ਸ਼ੇਪ ਦੇ ਵਿੱਚ ਆ ਸਕਦੇ ਆ ਸਿਰਫ 5 ਲਾਈਨਾਂ ਦੇ ਵਿੱਚ ਦੱਸੋ ਜੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਸਿਰਫ ਆਪਣਾ ਲਾਈਫ ਸਟਾਈਲ ਸੁਧਾਰ ਲਓ ਤੁਸੀਂ ਦਵਾਈਆਂ ਖਾਂਦੇ ਹੋ ਸਾਰਾ ਕੁਛ ਅਵੇਲੇਬਲ ਹੈ ਅੱਜ ਪਤਾ ਹੈ ਬਟ ਉਹ ਦਵਾਈਆਂ ਸਿਰਫ ਤੁਹਾਡੇ ਸਿਮਟਮ ਕਲੀਅਰ ਕਰਦੀਆਂ ਤੁਹਾਡਾ ਰੂਟ ਕੌਜ਼ ਹੈ ਤੁਹਾਡੀ ਲਾਈਫ ਸਟਾਈਲ ਜੇ ਇਸ ਨੂੰ ਇਸ ਮੰਦਿਰ ਨੂੰ ਇਸ ਗੁਰਦੁਆਰੇ ਨੂੰ ਇਸ ਸਰੀਰ ਨੂੰ ਤੁਸੀਂ ਨਹੀਂ ਸਾਂਭ ਸਕਦੇ ਰੱਬ ਦੀ ਦਿੱਤੀ ਦੇਣ ਨੂੰ ਤੁਸੀਂ ਨਹੀਂ ਸਾਂਭ ਸਕਦੇ ਫਿਰ ਉਸ ਤੋਂ ਅੱਗੇ ਮੈਂ ਕੁਛ ਨਹੀਂ ਕਹਿ ਸਕਦਾ ਕਿਸੇ ਨੂੰ ਮੈਨੂੰ ਅਕਲ ਆਈ 2020 'ਚ ਉਸ ਤੋਂ ਪਹਿਲਾਂ ਮੈਂ ਵੀ ਡਿਫੈਂਡ ਕਰਦਾ ਸੀ ਆਪਣੇ ਆਪ ਨੂੰ ਕਿ ਮੈਂ ਮੋਟਾ ਹਾਂ ਜੋ ਵੀ ਹਾਂ ਜਿਸ ਤਰ੍ਹਾਂ ਵੀ ਹਾਂ ਬਟ ਜਦੋਂ ਮੈਂ ਇਹਨੂੰ ਸੱਚੀ ਸੱਚੀ ਇਹਦੀ ਸੇਵਾ ਕੀਤੀ ਆਪਣੇ ਸਰੀਰ ਦੀ ਸੇਵਾ ਕੀਤੀ ਤਾਂ ਮੈਨੂੰ ਲੱਗਿਆ ਕਿ ਇਹ ਵੀ ਰੱਬ ਦੀ ਇੱਕ ਅਨਮੋਲ ਦੇਣ ਹੈ ਇਹਨੂੰ ਸਾਂਭੋ ਅਤੇ ਇੱਕ ਘੰਟਾ ਬੰਦਾ ਆਪਣੇ ਆਪ ਨੂੰ ਅੱਧਾ ਘੰਟੇ ਤੋਂ ਸ਼ੁਰੂਆਤ ਕਰੋ ਜਾਂ 15 ਮਿੰਟ ਤੋਂ ਸ਼ੁਰੂਆਤ ਕਰੋ ਬਸ ਇੱਕ ਡਿਸਿਪਲਿਨ ਬਣਾ ਲਓ ਆਪਣੀ ਲਾਈਫ ਵਿੱਚ ਤੁਹਾਡੇ ਸਾਰੀਆਂ ਬਿਮਾਰੀਆਂ ਇਟਸ ਆਲ ਲਿੰਕ ਟੂ ਯੋਰ ਲਾਈਫ ਸਟਾਈਲ ਬੇਸਿਕਲੀ ਇੱਕ ਖਾਣਾ ਅਤੇ ਦੂਸਰਾ ਆਪਣੇ ਆਪ ਨੂੰ ਥੋੜ੍ਹਾ ਐਕਸਰਸਾਈਜ਼ ਯਾ ਐਕਸਰਸਾਈਜ਼ ਦੇ ਵਿੱਚ ਤੁਸੀਂ ਕਿਹੜੀ ਕਰੋ ਵਾਕ ਮੋਟਾ ਬੰਦਾ ਸਿਰਫ ਵਾਕ ਕਰ ਲਵੇ ਬਸ ਸਵੇਰੇ ਅੱਧਾ ਘੰਟਾ ਸ਼ਾਮੀ ਅੱਧਾ ਘੰਟਾ ਦੱਸ ਬਟ ਉਹਨੂੰ ਇੱਕ ਡਿਸਿਪਲਿਨ ਬਣਾ ਲਓ ਡਿਸਿਪਲਿਨ ਚਾਹੀਦਾ ਬੋਡੀ ਨੂੰ ਕਿਉਂਕਿ ਕੰਸਿਸਟੈਂਸੀ ਆ ਜਿਹੜੀ ਉਹ ਬਹੁਤ ਜ਼ਰੂਰੀ ਆ ਅਤੇ ਅਗਰ ਤੁਸੀਂ ਇੱਕ ਦਿਨ ਗਏ ਤਾਂ ਮੁੜ ਕੇ ਤੁਸੀਂ ਹਫ਼ਤੇ 'ਚ ਕਹੋਗੇ ਲੈ ਜੀ ਮੈਂ ਨਾ ਅੱਜ ਤੁਰ ਕੇ ਆਇਆ ਹਫ਼ਤੇ 'ਚ ਇੱਕ ਦਿਨ ਤੁਰ ਕੇ ਉਹਦੇ ਨਾਲ ਨਹੀਂ ਗੱਲ ਬਣਦਾ ਸਾਡੇ ਵਰਗਿਆਂ ਵਾਸਤੇ ਵੀ ਬਟ ਉਸ 'ਚ ਡਿਸਿਪਲਿਨ ਇੱਦਾਂ ਆਉਣਾ ਚਾਹੀਦਾ ਕਿ ਬਈ ਤੁਸੀਂ 5 ਦਿਨ ਅੱਛਾ ਖਾ ਰਹੇ ਹੋ 6ਵੇਂ 7ਵੇਂ ਦਿਨ ਤੁਸੀਂ ਫਿਰ ਬਿੰਚ ਕਰ ਲਿਆ ਹਾਂਜੀ ਨਹੀਂ ਬੇਸ਼ੱਕ ਤੁਸੀਂ ਆਪਣੀ ਪਸੰਦ ਚੀਜ਼ ਖਾਓ ਮੈਂ ਮਿੱਠਾ ਖਾਂਦਾ ਰਿਹਾ ਬਟ ਫਰੈਸ਼ਲੀ ਮੇਡ ਸਵੀਟਸ ਜੋ ਵੀ ਆਪਣੀ ਇੰਡੀਅਨ ਸਵੀਟਸ ਆਉਂਦੀ ਸੀ ਮੈਂ ਉਹ ਖਾਂਦਾ ਸੀ ਜਾਂ ਮੈਂ ਹਲਵਾ ਬਣਾ ਲੈਂਦਾ ਸੀ ਘਰ ਸੂਜੀ ਦਾ ਕਦੀ ਕੜਾ ਪ੍ਰਸ਼ਾਦ ਬਣਾ ਲਿਆ ਕੁਝ ਬਣਾ ਲਿਆ ਬਟ ਇਹ ਚੀਜ਼ਾਂ ਅਤੇ ਨਾਲੇ ਮੈਂ ਟੋਟਲੀ ਘੀ 'ਤੇ ਸ਼ਿਫਟ ਹੋ ਗਿਆ ਮੈਂ ਓਇਲਸ ਨਹੀਂ ਕੋਈ ਯੂਜ਼ ਕੀਤੇ ਡੇਢ ਅੱਜ 2 ਸਾਲ ਉੜ ਜਾਣਗੇ ਅਗਸਟ 'ਚ ਮੈਂ ਕਦੀ ਓਇਲ ਨਹੀਂ ਯੂਜ਼ ਕੀਤਾ ਮੈਂ ਸਿਰਫ ਘੀ ਯੂਜ਼ ਕੀਤਾ ਦੈਟਸ ਇਟ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ
ਤੁਹਾਡਾ ਵੀ ਤੁਸੀਂ ਵੀ ਸ਼ੁਰੂਆਤ ਕਰਾਈਏ ਤੁਸੀਂ ਪਾਰਟ ਆਫ ਦਾ ਜਰਨੀ ਹੋ ਸਾਡੀ ਟਾਈਮ ਕੱਢ ਕੇ ਆਏ ਨਹੀਂ ਇਟ ਵਾਸ ਅਮੇਜ਼ਿੰਗ ਤੁਸੀਂ ਆਪਾਂ ਫੋਟੋਆਂ ਵੀ ਸਾਰਿਆਂ ਨੇ ਤੁਹਾਡੀਆਂ ਦੇਖ ਲਈਆਂ ਆਪਣੀਆਂ ਹਾਈਕ ਵਾਲੀਆਂ ਅਤੇ ਹੁਣ ਵਾਲੀਆਂ ਵੀ ਇਹਨਾਂ ਦੀਆਂ ਕਿ ਕਿਹੋ ਜਿਹੀ ਇਹਨਾਂ ਦੀ ਸਿਹਤ ਉਦੋਂ ਸੀ ਅਤੇ ਹੁਣ ਕਿੱਦਾਂ ਦੀ ਆ ਅਤੇ ਇਹੀ ਕਹਿੰਦੇ ਹਾਂ ਵੀ ਭਾਈ ਐਕਟਿਵ ਰਹੋ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਟਾਈਮ ਦਿਓ ਤੰਦਰੁਸਤ ਰਹੋ ਓਕੇ ਜੀ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਰੱਬ ਰਾਖਾ ਜੀ ਸਤਿ ਸ਼੍ਰੀ ਅਕਾਲ ਆਹ ਸੀਗੀ ਜੀ ਸਟੋਰੀ ਸਾਡੇ ਵੀਰੂ ਭਾਅ ਜੀ ਵਰਿੰਦਰ ਸਿੰਘ ਭਸੀਨ ਜੀ ਦੀ ਕਿ ਉਹਨਾਂ ਨੇ ਕਿੱਦਾਂ 1.5 ਕੁਇੰਟਲ ਤੋਂ 79 ਕਿਲੋ ਤੱਕ ਆਪਣਾ ਵਜ਼ਨ ਲੈ ਕੇ ਆਉਂਦਾ ਅਤੇ ਇਸ ਤਰ੍ਹਾਂ ਦੀਆਂ ਇੰਸਪਾਇਰੇਸ਼ਨਲ ਸਟੋਰੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਿਹਾ ਕਰਾਂਗੇ ਅਤੇ ਜੇ ਤੁਹਾਨੂੰ ਪਸੰਦ ਆਏ ਇਹ ਵੀਡੀਓ ਤਾਂ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ।